ਇੱਕ ਨੌਜਵਾਨ ਬਿਨਾਂ ਤਲਾਕ ਲਏ ਦੂਜਾ ਵਿਆਹ ਕਰਵਾ ਰਿਹਾ ਸੀ, ਪਰ ਮੌਕੇ ਤੇ ਹੀ ਵਿਆਹ ਰੁਕਵਾਉਣ ਪਹਿਲੀ ਪਤਨੀ ਆਪਣੇ ਪਰਿਵਾਰ ਦੇ ਨਾਲ ਪਹੁੰਚ ਗਈ ਤੇ ਪਿੰਡ ਦੇ ਵਿੱਚ ਹਾਈ ਵੋਲਟੇਜ ਡਰਾਮਾ ਹੋਇਆ ਤੇ ਦੋਵੇਂ ਪੱਖਾਂ 'ਚ ਖੂਬ ਬਹਿਸਬਾਜ਼ੀ ਹੋਈ। ਇੱਥੋਂ ਤੱਕ ਕੁੱਟਮਾਰ ਕਰਨ ਤੇ ਵੀ ਮਾਮਲਾ ਉਤਰ ਆਇਆ ਸੀ, ਪਰ ਇਸ ਦੌਰਾਨ ਪੁਲਿਸ ਪਹੁੰਚੀ ਤੇ ਦੋਵੇਂ ਧਿਰਾਂ ਵਿਚਕਾਰ ਕੁੱਟਮਾਰ ਹੋਣ ਤੋਂ ਦੋਵਾਂ ਨੂੰ ਬਚਾਇਆ ਅਤੇ ਵਿਆਹ ਕਰਾਉਣ ਵਾਲੇ ਨੌਜਵਾਨ ਨੂੰ ਵੀ ਆਪਣੀ ਹਿਰਾਸਤ ਦੇ ਵਿੱਚ ਲਿਆ। ਮਾਮਲਾ ਫਿਰੋਜ਼ਪੁਰ ਦੇ ਮਮਦੋਟ ਕਸਬੇ ਤੋਂ ਸਾਹਮਣੇ ਆਇਆ। ਪਹਿਲੀ ਪਤਨੀ ਨੇ ਇਲਜ਼ਾਮ ਲਗਾਏ ਨੇ ਕਿ ਉਸਦੇ ਪਤੀ ਨੇ ਉਸਨੂੰ 4 ਸਾਲ ਪਹਿਲਾਂ ਕੁੱਟਮਾਰ ਕਰਕੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਤੇ ਉਹ ਪਿਛਲੇ 4 ਸਾਲ ਤੋਂ ਪੇਕੇ ਘਰ ਰਹਿ ਰਹੀ ਸੀ ਅਤੇ ਤਲਾਕ ਦਾ ਕੇਸ ਵੀ ਚੱਲ ਰਿਹਾ, ਪਰ ਅਜੇ ਤੱਕ ਤਲਾਕ ਨਹੀਂ ਹੋਇਆ ਸੀ। ਪਰ ਤਲਾਕ ਹੋਣ ਤੋਂ ਪਹਿਲਾਂ ਹੀ ਉਸਦਾ ਪਤੀ ਵਿਆਹ ਕਰ ਰਿਹਾ ਸੀ ਤੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਾ ਤਾਂ ਉਹ ਆਪਣੇ ਪਰਿਵਾਰ ਦੇ ਨਾਲ ਵਿਆਹ ਰੁਕਵਾਉਣ ਪਹੁੰਚ ਗਈ। ਹਾਂਜੀ, ਕੁੱਟਮਾਰ ਕਰਕੇ ਕੱਢਤਾ। ਕਿੰਨੀ ਦੇਰ ਹੋ ਗਈ ਕੱਢੇ? 4 ਸਾਲ ਹੋ ਗਿਆ। ਕੋਈ ਕੇਸ ਵੀ ਚੱਲਦਾ? ਹਾਂਜੀ। ਕਿੱਥੇ ਚੱਲਦਾ? ਪਹਿਲਾਂ ਇੱਥੇ ਵਾਹਵਾ ਸੈਲਰ ਚ ਮੈਡਮ ਤੇ ਦਰਖਾਸਤ, ਉੱਥੇ ਰਾਜੀਨਾਮਾ ਇਹਨਾਂ ਕਰਾ ਕੇ ਕਹਿੰਦੇ ਲੈ ਜਾਵਾਂਗੇ, ਮੁੜ ਕੇ ਲੈਣ ਹੀ ਨੀ ਆਏ ਤਿੰਨ 4 ਸਾਲ ਹੋ ਗਏ। ਹਾਂ, ਤੇ ਅੱਜ ਹੁਣ ਨਵਾਂ ਵਿਆਹ ਕਰਾਉਣ ਲੱਗੇ। ਹਾਂਜੀ, ਤੇ ਇਹ ਹੁਣ ਬੇਰੰਗੀ ਅਸਥੀ ਫੜੇ ਗਏ ਹੁਣ। ਹਾਂ, ਹੁਣ ਕਿੱਥੇ ਦਿੱਤਾ? ਇੱਥੇ ਮਦੋਟ ਥਾਣੇ 'ਚ। ਹਾਂਜੀ, ਕੀ ਕਾਨੂੰਨੀ ਕਾਰਵਾਈ ਦੀ ਮੰਗ? ਕਾਨੂੰਨੀ ਕਾਰਵਾਈ ਇਹੋ ਹੀ ਕੀਤੀ ਜਾਵੇ ਵੀ ਸਾਡੀ ਸੁਣਾਈ ਕੀਤੀ ਜਾਵੇ ਜ਼ਰੂਰ। ਤਲਾਕ ਦਿੱਤਾ? ਨਹੀਂ, ਤਲਾਕ ਨਹੀਂ ਦਿੱਤਾ। ਹਾਂ, ਇੱਕ ਤਰਫੀ ਆਪ ਕੇਸ ਜਿੱਤਾ ਫਿਰ ਜਾਂਦਾ ਮੇਰਾ ਤਲਾਕ ਹੋ ਗਿਆ, ਪਰ ਤਲਾਕ ਨਹੀਂ ਅਸਾਂ ਦਿੱਤਾ। ਅੱਜ ਤੁਸੀਂ ਇਹਦੀ ਪੜਤਾਲ ਸਵੇਰ ਦੀ ਕਰ ਰਹੇ? ਹਾਂਜੀ, 4 ਵਜੇ ਦੇ ਸਵੇਰ ਦੇ ਬੰਦੇ ਕੋ ਕਿੱਥੇ ਖਿਲਾ ਰਹੇ, ਕੋ ਕਿੱਥੇ ਖਿਲਾ ਲੱਗ ਰਹੇ ਕਿ ਵਿਆਹ ਸੀ? ਹਾਂਜੀ, ਪਤਾ ਲੱਗ ਗਿਆ। ਹਾਂਜੀ, ਕੀ ਬਰਾਤ ਨਹੀਂ ਸੀ? ਹਾਂਜੀ ਹਾਂਜੀ, ਬਰਾਤ ਵੀ ਆਈ। ਹੁਣ ਕੀ ਮੰਗ? ਕਾਰਵਾਈ ਕਾਰਵਾਈ ਹੁਣ ਮੋਟਰਸਾਈਕਲ ਵੀ ਪਹਿਲਾਂ ਮੰਗ ਸੀ ਨਾ, ਮੋਟਰਸਾਈਕਲ ਨਹੀਂ ਦੇਣ ਕਰਕੇ ਦਿਨ ਆਪ ਇੱਕ ਤਰਫੀ ਕੇਸ ਜਿੱਤ ਕੇ ਦੰਦਾ ਮੇਰਾ ਤਲਾਕ ਹੋ ਗਿਆ ਤੇ ਇਹ ਹੁਣ ਨਵਾਂ ਵੀ ਵਿਆਹ ਕਰਦਾ। ਨਹੀਂ, ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ? ਕਾਰਵਾਈ ਇਹੋ ਹੀ, ਪੁਲਿਸ ਕਾਰਵਾਈ ਕਰੇ, ਮਦਦ ਕਰੇ ਜਿਵੇਂ ਨਾ ਕਿਵੇਂ ਮਰਜ਼ੀ, ਮਦਦ ਸਾਡੀ ਜ਼ਰੂਰ ਕਰੇ। ਹਾਂ, ਕਾਨੂੰਨੀ ਕਾਰਵਾਈ ਕਰਨ ਜ਼ਰੂਰ, ਗਰੀਬ ਬੰਦੇ ਆ, ਸਾਡੇ ਕੋਲ ਇੰਨੀ ਨਹੀਂ ਗੁੰਜਾਇਸ਼ ਸੀਗੀ ਰੋ ਰੋ ਦੀ ਬੰਦੇ ਇਕੱਠੇ ਕਰਨੇ, ਭੱਜ ਦੌੜ ਕਰਨੇ। ਇਹ ਲਾੜੀਆਂ ਵਿੱਚ ਸੁਣਨ ਵਿੱਚ ਆਈ ਹੈ ਮੈਨੂੰ, ਇਹ ਆਪਣੇ ਜੋਗਿੰਦਰ ਸਿੰਘ ਨਿਹਾਲ ਸਿੰਘ ਦੇ ਉਹਦੀ ਕੁੜੀ ਹੈ ਤੇ ਉਹ ਸਾਨੂੰ ਹੁਣ ਪਤਾ ਲੱਗਿਆ ਹੈ, ਮਸਲਾ ਸਾਡੇ ਕੋਲ ਆਇਆ ਹੈ ਤੇ ਉਹ ਨਾਲ ਆਪਣੇ ਸਰਕਾਰੀ ਮੁਲਾਜ਼ਮ ਆਏ ਨੇ, ਉਹ ਮੁੰਡਾ ਤੇ ਮੁੰਡੇ ਦੇ ਪਿਓ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ, ਬਾਕੀ ਅੱਗੇ ਫੈਸਲਾ ਜੋ ਹੋਇਆ ਉਹ ਕਰਨਗੇ। ਮੁੰਡਾ ਦੂਜਾ ਵਿਆਹ ਕਰਾਉਣ ਜਾ ਰਿਹਾ ਸੀ? ਬਸ ਸੁਣਿਆ ਹੈ ਕਿ ਵੀ ਦੂਜਾ ਮੁੰਡਾ ਵਿਆਹ ਕਰਾਉਂਦਾ ਪਿਆ ਤੇ ਉਹਨਾਂ ਕੋਲ ਡਾਕੂਮੈਂਟ ਨੇ ਕੋਰਟ ਦੇ ਆਰਡਰ ਨੇ। ਹਾਂਜੀ ਤੇ ਹਾਂਜੀ, ਤੇ ਮੁੰਡਾ ਪੁਲਿਸ ਦੇ ਹਵਾਲੇ ਕਰਨ ਲੱਗੇ। ਅੱਜ ਵੀ ਬਰਾਤ ਦਾ ਹੋਇਆ ਤਾਂ ਅਸੀਂ ਪਾਲ ਚੜੇ ਆ ਤੇ ਪਰਮਜੀਤ ਵੀ ਵਿਆਹ ਨਵਾਂ ਕਰਾਉਣ ਲੱਗਾ ਸੀ। ਪਰਮਜੀਤ ਕੀ ਲੱਗਦਾ? ਉਹ ਆਪਣਾ ਪ੍ਰਾਹੁਣਾ। ਪਹਿਲਾਂ ਤੁਹਾਡੀ ਕੁੜੀ ਨਾਲ ਵਿਆਹ? ਹਾਂ, ਆਪਣੀ ਕੁੜੀ ਨਾਲ ਵਿਆਹ ਹੋਇਆ। ਕਿੰਨੀ ਦੇਰ ਪਹਿਲਾਂ? 4 ਸਾਲ ਹੋ ਗਏ ਨੇ ਤੇ ਉਦੋਂ ਬਾਅਦ ਤੇ ਸਮਝੋ ਮੰਗਾ ਮੰਗਣ ਲੱਗ ਪਏ ਮੋਟਰਸਾਈਕਲ ਦੀਆਂ। ਹਾਂ, ਰੋਲਾ ਚੱਲਦਾ ਰਹੇ, ਮੈਂ ਮੰਡਲ ਚ ਹੋਇਆ ਵੇ ਹਦਰ ਆਇਆ ਹੋਈ ਆ, ਸਾਡੇ ਕੂਠੇ ਲੱਗੇ ਕੁੜੀ ਦੇ, ਕੋਈ ਨਾ ਅਸੀਂ ਦਰਖਾਸਤਾਂ ਲਾ ਲੈ, ਪੁਲਿਸ ਵਾਲੇ ਆਉਂਦੇ ਸੀ ਤੇ ਹਟ ਜਾਂਦੇ ਸੀ, ਨਾ ਕੋਈ ਵੀ ਨੀ ਕਾਰਵਾਈ ਸਾਡੀ ਨੀ ਚੀਜ਼ ਨੀ। ਅੱਜ ਕੁਛ ਨੀ, ਅੱਜ ਹੁਣ ਬਰਾਤ ਲੈ ਚੱਲਾ ਸੀ ਤੇ ਅਸੀਂ ਪਿੱਛਾ ਲਿਆ ਤੇ ਆ ਗਏ। ਬਰਾਤ ਨੂੰ ਫੜਿਆ? ਬਰਾਤ? ਹਾਂ, ਬਰਾਤ ਨੂੰ ਫੜਾ ਹੈ। ਮੌਕੇ ਤੇ ਤੁਸੀਂ ਪਹੁੰਚੇ? ਵਿਆਹ ਹੋ ਰਿਹਾ ਸੀ? ਹਾਂ, ਵਿਆਹ ਹੋ ਰਿਹਾ ਸੀ ਤੇ ਮੌਕੇ ਤੇ ਫੜਾ ਹੈ। ਹੁਣ ਕੀ ਉਹਨੂੰ ਫੜ ਕੇ ਪੁਲਿਸ ਲੈ ਕੇ ਆਈ? ਹਾਂ, ਪੁਲਿਸ ਫੜ ਕੇ ਲੈ ਆਉਂਦਾ ਹੈ, ਹੁਣ ਕਾਰਵਾਈ ਸਾਡੀ ਕੀਤੀ ਜਾਵੇ। ਹਾਂ, ਹੋਣੀ ਚਾਹੀਦੀ ਹੈ। ਹਾਂ, ਤੇ ਸਾਡੇ ਮਗਰ ਐਵੇਂ ਨਜਾਇਜ਼ ਪੈਸਾ ਲਾਉਂਦਾ 2 ਲੱਖ ਰੁਪਈਆ ਵੀ ਸਾਨੂੰ ਦੇਵਣ,
ਵਿਆਹ ਤੋਂ ਮੋੜ ਹਾਲ ਤਾਂ ਦਿੱਤਾ ਨੀ ਜਾਂਦਾ ਤਾਂ ਨਾ ਅਸੀਂ ਪੈਸੇ ਦੇ ਸਕਣੇ। ਲੜਕੀ ਮੇਰੇ ਚਾਚੇ ਦੀ ਕੁੜੀ ਹੈ ਜੀ, 6 ਭੈਣਾਂ ਨੇ ਮੇਰੇ ਚਾਚੇ ਦੀ ਕੁੜੀ। ਕੀ ਹੋਇਆ ਸੀ ਇਹ? ਅੱਜ ਜੀ ਅੱਜ ਬਰਾਤ ਆਇਆ ਉਹ ਸਰਜੀਤ ਸਿੰਘ ਦੇ ਮੁੰਡੇ ਨੂੰ। ਪਹਿਲਾਂ ਇਹ ਕੁੜੀ ਤੇ ਲਾੜੀਆਂ ਵਿਆਹੀ ਸਰਜੀਤ ਵਾਲੇ। ਤੁਹਾਡੀ ਭੈਣ? ਹਾਂ ਭੈਣ ਮੇਰੀ ਚਾਚੇ ਦੀ ਕੁੜੀ ਸਰਜੀਤ ਵਾਲੇ ਵਿਆਹੀ ਸੀ, ਪਰ 4 ਸਾਲ ਹੋ ਗਿਆ, 4 ਸਾਲ ਕੁੜੀ ਬੂਹੇ ਤੇ ਬੈਠੀ ਹੈ। ਕੁੱਟਮਾਰ ਕਰਦਾ ਸੀ ਪਹਿਲਾਂ ਤੇ ਜੀ, ਅਸੀਂ 1.5 ਲੱਖ ਦਾ ਸਮਾਨ ਦਿੱਤਾ, ਫਿਰ ਇਹਦਾ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬ 'ਚ ਇਹਦਾ ਵਿਆਹ ਹੋਇਆ ਸੀਗਾ ਗੁਰਦੁਆਰੇ, ਉਹ ਵੀ ਸਾਡੇ ਕੋਲ ਪ੍ਰੂਫ ਨੇ, ਪਰ ਇਹਨੇ ਸਾਡੇ ਨਾਲ ਕੋਈ ਵੀ ਨਿਬੇੜੀ ਨਹੀਂ, ਕੋਈ ਗੱਲ ਸਾਡੇ ਨਾਲ ਕਲੀਅਰ ਨਹੀਂ ਕੀਤੀ। ਉਹ ਤੋਂ ਬਾਅਦ 'ਚ ਇਹਨੇ ਆ ਕੇ ਅੱਜ ਪਿੰਡ ਲੱਖਾ ਅਲੀ ਦੇ ਵਿੱਚ ਆ ਕੇ ਬਰਾਤ ਆ ਗਿਆ। ਅਸੀਂ ਮੌਕੇ ਤੇ ਕੁੜੀ ਨੂੰ ਲੱਖਾ ਸਿੰਘ ਵਾਲੇ ਆ ਤੇ ਬਰਾਤ ਆਇਆ, ਅਸੀਂ 2 ਮੁਲਾਜ਼ਮ ਲਏ ਨੇ ਪੁਲਿਸ ਵਾਲੇ, ਤੇ ਅਸੀਂ ਜਾ ਤੇ ਸਾਰੇ ਪਿੰਡ 40-50 ਜੀਆਂ ਨੇ ਜਾ ਤੇ ਅਸੀਂ ਉੱਥੋਂ ਫੜਿਆ ਤੇ ਅਸੀਂ ਬਰਾਤ ਦੇ ਵਿੱਚੋਂ ਚੱਕਿਆ ਇਹਨਾਂ ਦੇ, ਉਹਨਾਂ ਦੇ ਕੁੜੀ ਦਾ ਇੱਕ ਘਰ ਹੋਰ ਵੀ ਬਰਬਾਦ ਕਰਨ ਡਿਆ, ਹੋਰ ਵੀ ਕਿਸੇ ਧੀ ਪੈਣ ਦਾ ਇਹ ਜਾਂਦਾ, ਉਹਨਾਂ ਦਾ ਵੀ ਮੰਨ ਲਓ ਉਹਨਾਂ ਨਾਲ ਬਿਰਖਲਾਫੀ ਕਰੇਦਾ, ਤੇ ਇਹ ਬੰਦਾ ਮੰਨ ਲਓ ਇਹੋ ਜਿਹਾ 4 ਸਾਲ ਹੋ ਗਿਆ ਮੇਰਾ, ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਅਸੀਂ ਇਹ ਮੰਗ ਕਰਦੇ ਵੀ ਸਾਨੂੰ ਪ੍ਰਸ਼ਾਸਨ ਤੋਂ, ਇਹ ਮੈਂ ਮੰਗ ਕਰਦਾ ਵੀ ਇਹਨੂੰ ਗਰੀਬ ਘਰ ਨੂੰ, ਪ੍ਰਸ਼ਾਸਨ ਨੂੰ ਇਹ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ। ਤੇ ਬਾਕੀ ਇਹਨਾਂ ਦੇ 6 ਕੁੜੀਆਂ ਨੇ, ਮੈਂ ਬਹੁਤ ਬਹੁਤ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਬੰਦੇ ਨੇ 4 ਸਾਲ ਹੋ ਗਏ, ਮੇਰਾ ਚਾਚਾ ਬੇਰੁਜ਼ਗਾਰ ਹੈ, ਦਿਹਾੜੀ ਜਾਂਦਾ, ਉਹਦੀ ਉਹਨੂੰ ਕੋਈ ਉਹਦੇ ਕੋਲ ਤਰੀਕ ਵਾਸਤੇ ਰੁਪਈਆ ਨਹੀਂ ਗਾ। ਆਹ ਸਾਰੇ ਜਿੰਨੇ ਮੇਰੇ ਨਾਲ ਬੰਦੇ ਆਏ ਨੇ ਆਪਦੇ ਘਰੋਂ ਤੇਲ ਪਾ ਕੇ ਆਏ ਨੇ, ਜਿੰਨੇ ਵੀ ਆ ਬੰਦੇ ਸੰਗਤ ਬੈਠੀ ਸਾਰੇ ਆਪਣਾ ਤੇਲ ਕੋਲ ਪਾ ਆ ਕੇ ਆਏ ਨੇ। ਉਹਨਾਂ ਗਰੀਬਾਂ ਕੋਲ ਤਾਂ ਇੱਕ ਤੇਲ ਪਾਉਣ ਦੀ ਵੀ ਗੁੰਜਾਇਸ਼ ਨਹੀਂ ਹੈ, ਮੰਨ ਲਓ ਉਹ ਤੇਲ ਨਹੀਂ ਪਾ ਸਕਦੇ, ਨਾਲੇ ਆ ਵਿਚਾਰੇ ਨਾਲੇ ਇਹ 1.5 ਲੱਖ ਦਾ ਮੋਟਰਸਾਈਕਲ ਮੰਗਦਾ ਹੋਰ, ਤੇ ਅਸੀਂ ਇਹਨੂੰ 2.5 ਲੱਖ ਰੁਪਈਏ ਦੇ ਅੰਦਾਜ ਪਹਿਲਾਂ ਦਿੱਤਾ ਸ਼੍ਰੋਮਣੀ ਕਮੇਟੀ ਨੇ, ਜੀਰੇ ਸ਼੍ਰੋਮਣੀ ਕਮੇਟੀ ਜਿਹਦਾ ਵਿਆਹ ਹੋਇਆ ਸੀ ਗੁੜੀਆ ਦਾ, ਇਹਨੇ ਉਹਨਾਂ ਨੇ ਇਹਨੂੰ 1.5 ਲੱਖ ਦਾ ਇਹਨੂੰ ਅੰਦਾਜ ਦਿੱਤਾ ਇਹ ਬੰਦੇ ਨੂੰ, ਤੇ 1.5 ਲੱਖ ਇਹਨੂੰ ਅਸੀਂ ਆਪਣੇ ਕੋਲ ਦਿੱਤਾ, ਇਹਨੂੰ 3 ਲੱਖ ਰੁਪਈਆ ਦੇ ਗਿਆ, ਤੇ ਜੇ ਮੋਟਰਸਾਈਕਲ ਦੀ ਡਿਮਾਂਡ ਇਹਨੇ ਰੱਖੀ ਹੋਰ। ਇਹ ਨਵਾਂ ਅੱਜ ਨਵਾਂ ਅੱਜ ਦੀ ਤਰੀਕ, ਅੱਜ ਤਰੀਕ ਕਿੰਨੀ ਹੈ ਜੀ? ਅੱਜ 19 ਤਰੀਕ, 5 ਮਈ 2024 ਨੂੰ ਅੱਜ ਫੇਰ ਦੁਬਾਰਾ ਲੱਖੇ ਆ ਜੀ, ਇੱਕ ਹੋਰ ਧੀ ਪੈਣ ਦਾ ਇਹ ਜ਼ਿੰਦਗੀ ਖਰਾਬ, ਇਹ ਲੱਖੇ ਵਾਲਾ ਅੱਜ ਇੱਕ ਹੋਰ ਜ਼ਿੰਦਗੀ ਖਰਾਬ ਕਰਨ ਡਿਆ ਇਹ ਭੈਣ ਚੋ, ਇਹ ਜਿਹੜਾ ਸਰਜੀਤ ਸਿੰਘ ਹੈ ਇਹਨੂੰ ਇਨਸਾਫ ਦੇ, ਮੈਂ ਬੇਨਤੀ ਕਰਦਾ ਵੀ ਇਨਸਾਫ ਨੂੰ ਮੰਗ ਕੀਤੀ ਜਾਵੇ ਸਾਡੀ।